ਸਾਰੀ ਮਾਂ ਪਿਓ ਹਮਾਰੀ ਹੈ ਚੰਡੀਗੜ੍ਹ ਪ੍ਰਸ਼ਾਸਨ ਕੇ ਕਰਮਚਾਰੀਓ ਕੋ ਸਭੀ ਸ਼ਟਰ ਪੇਟ ਵਿੱਚ ਸ਼ੀਘ੍ਰ ਹੀ ਲਾਗੂ ਕੀਤੇ ਜਾਏ। ਸਭੀ ਮੁਖੀਆਂ ਤੇ ਸਭੀ ਵਿਭਾਗੋਂ ਨੇ ਖਾਲੀ ਪੜੇ ਪਦੋਂ ਦਾ ਉਪਰੰਤ ਬਦਲੇ ਕੀ ਕਾਰਵਾਈ ਕੀ ਹੈ। ਤੀਸਰਾ ਹੈ, ਸਭੀ ਵਿਭਾਗੋਂ ਮੇਂ ਕਾਮ ਕਰ ਰਹੇ ਸਭ ਸਾਡੀਆਂ ਭਾਰਤ ਸਰਕਾਰ ਅਤੇ ਪੰਜਾਬ ਕੀ ਪ੍ਰਸ਼ਾਸਨ ਦੇ ਨਾਲ ਜੈਨ ਪੋਰਟਲ ਮੇਂ ਠੇਕੇਦਾਰ ਕੇ ਪਰਿਵਰਤਨ ਕੇ ਬਾਅਦ ਮੌਜੂਦਾ ਕਰਮਚਾਰੀਓ ਕੋ ਉਸਕੇ ਬਾਰੇ ਮੈਂ ਬੋਲਾ ਜਾਏ ਪਤਾ ਹੈ ਠੇਕੇਦਾਰੋ ਕੇ ਦੁਆਰਾ ਪੈਸੇ ਕੀ ਮਾਂਗ ਕੋ ਤੁਰੰਤ ਬੰਦ ਕਿਉਂਕਿ ਪ੍ਰਸ਼ਾਸਨ ਦੇ ਵਿੱਚ ਸਭੀ ਵਿਭਾਗੋਂ ਸਾਡੇ 13 ਮੀਟਿੰਗ ਬਸ ਨਾ ਬੜੇ ਲੰਬੇ ਸਮੇਂ ਚੱਲਦੇ ਜੈਨ ਦਿਨਵਾਏ ਕਿਉਂਕਿ ਚੰਡੀਗੜ੍ਹ ਦੇ ਵਿੱਚ ਚੱਲਦੀਆਂ ਅੱਜ ਆਪਾਂ ਕੋਰੋਨਾ ਦੇ ਬੰਦੇ ਨੇ ਰੱਖਦੇ ਆ ਬਹੁਤ ਘੱਟ ਤਦਾਦ ਦੇ ਵਿੱਚ ਰੱਖਣ ਬੰਦੇ ਇਕੱਠੇ ਕਰੇ ਆ ਬੀਜੇ ਜੀ ਸਾਰੇ ਡਿਪਾਰਟਮੈਂਟ ਸਾਜਰਾ ਚੱਲਦੇ ਆ ਤੇ ਆਪਾਂ ਚਾਹੁੰਦੇ ਚੰਡੀਗੜ੍ਹ ਦੇ ਜਿਹੜੇ ਸਾਡੇ ਮਸਲੇ ਆ ਬੀਜੇ ਦੇ ਜਿਹੜੇ ਉਹ ਸੈਂਟਰ ਲੈਵਲ ਦੇ ਉਹ ਹੱਲ ਕੀਤੇ ਜਾਣ ਅਤੇ ਪੂਰਾ ਸੀ ਟੀ ਓ ਦੇ ਮਸਲੇ ਆ ਨਰਸਿੰਗ ਸਟਾਫ ਦੇ ਮਸਲੇ ਆ ਹੋਰ ਵੀ ਜਿਹੜੇ ਮਸਲੇ ਡਿਪਾਰਟਮੈਂਟਾਂ ਦੇ ਉਹ ਪ੍ਰਸ਼ਾਸਨ ਮੀਟਿੰਗ ਬੁਲਾ ਕੇ ਸਾਡੇ ਟੇਬਲ ਤੇ ਬੈਠ ਕੇ ਹੱਲ ਕਰਾਵੇ ਤਾਂ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਮਾਹੌਲ ਵਧੀਆ ਬਣ ਸਕੇ ਨਾ ਕਿ ਲੋਕ ਸੜਕਾਂ ਤੇ ਉਤਰ ਬਾਕੀ ਜਿਹੜੇ ਕਿ ਬਿਜਲੀ ਕੋਲ ਹੁਣ ਇਹਨੂੰ ਗੱਲ ਕਰਨ ਜਾ ਰਹੇ ਬਾਕੀ ਹੋਰ ਪਾਸੇ ਵੀ ਬਹੁਤ ਇਸ ਤਰ੍ਹਾਂ ਦੇ ਅਗਲੀ ਰਣਨੀਤੀ ਇਹ ਹੈ ਜੀ ਸਾਡੇ ਅੱਜ ਸਾਡਾ ਪ੍ਰੋਟੈਸਟ ਜਿਹੜਾ ਆਲ ਪੰਜਾਬ ਦੇ ਵਿੱਚ ਜ਼ਿਲ੍ਹਾ ਵਾਈਜ਼ ਚੱਲ ਰਿਹਾ ਅਤੇ ਚੰਡੀਗੜ੍ਹ ਦੇ ਵਿੱਚ ਅਸੀਂ ਜ਼ਿਲ੍ਹੇ ਦੇ ਅੰਡਰ ਆਉਂਦੇ ਹਾਂ ਪੰਜਾਬ ਦੇ ਅੰਡਰ ਆਉਂਦੇ ਹਾਂ ਸਾਡੇ ਉੱਤਰ ਕਸ਼ੇਤੀ ਸੰਗਠਨ ਮੰਤਰੀ ਮਾਣਯੋਗ ਸ਼੍ਰੀ ਪਵਨ ਜੀ ਹੋਰੇ ਪਹੁੰਚ ਚੁੱਕੇ ਆ ਉਹ ਵੀ ਆਏ ਹੋਏ ਆ ਆਉਣ ਵਾਲੇ ਦਿਨਾਂ ਵਿੱਚ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹ ਵੀ ਹੁਣ ਸੇਵਾ ਪੇ ਕਮਿਸ਼ਨ ਦਿੱਤਾ ਲੇਕਿਨ ਬਹੁਤ ਤਰੱਕੀਆਂ ਨਾਲ ਦਿੱਤਾ ਅਸੀਂ ਦੇਖਦੇ ਰਹਿੰਦੇ ਹਾਂ 15 ਸਾਲ ਬਾਅਦ ਸਾਨੂੰ ਮਿਲਣਾ ਨਹੀਂ ਸਾਨੂੰ ਕੰਗਾ ਪਸਾ ਰੱਖਿਆ ਇਸ ਕਰਕੇ ਹੁਣ ਲਾਗੂ ਵੀ ਨਹੀਂ ਕਰ ਰਹੇ ਪੂਰਾ ਨਹੀਂ ਲਾਗੂ ਕਰ ਰਹੇ ਜੇ ਕੁਛ ਨਹੀਂ ਰਹੇ ਕਿਹੜੇ ਢੰਗ ਨਾਲ ਸਾਰੇ ਬੈਨੀਫਿਟ ਕੱਟ ਲਏ ਜਾ ਰਹੇ ਉਹਨਾਂ ਦੇ ਖਿਲਾਫ਼ ਆਪਾਂ ਆਲ ਪੰਜਾਬ ਲੈਵਲ ਦੇ ਆਲ ਇੰਡੀਆ ਪੱਧਰ ਤੇ ਆਪਾਂ ਪ੍ਰੋਟੈਸਟ ਕਰਾਂਗੇ ਜਿੱਦਾਂ ਵੀ ਸਾਡੇ ਸੀਨੀਅਰ ਲੀਡਰ ਆਗੂ ਕਹਿਣਗੇ ਉਸ ਹਿਸਾਬ ਨਾਲ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਦੇ ਵਿੱਚ ਅਸੀਂ ਬਹੁਤ ਵੱਡੀ ਤਦਾਦ ਦੇ ਇਕੱਠ ਕਰਕੇ ਪ੍ਰਸ਼ਾਸਨ ਨਾਲ ਜੇ ਕੋਈ ਮਸਲਾ ਸਾਡਾ ਹੱਲ ਨਹੀਂ ਕਰਿਆ ਤਾਂ ਉਹਦੇ ਖਿਲਾਫ਼ ਅਸੀਂ ਧਰਨਾ ਲਾਵਾਂਗੇ ਅਤੇ ਕਹਿੰਦੇ ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।